ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪਿਆਰੇ ਦਰਸ਼ਕੋ, ਪ੍ਰਸਿੱਧ ਫਿਲਮੀ ਡਾਇਰੈਕਟਰ ਬੀ ਆਰ ਚੋਪੜਾ, ਜਿਸ ਦਾ ਪੂਰਾ ਨਾਂ ਬਲਦੇਵ ਰਾਜ ਚੋਪੜਾ ਸੀ, ਉਹ ਪੰਜਾਬ ਦਾ ਜੰਮਿਆ ਜਾਇਆ ਸੀ ਅਤੇ ਉਸਨੇ ਹਿੰਦੀ ਫਿਲਮਾਂ ਵਿੱਚ ਇੱਕ ਨਵਾਂ ਹੀ ਇਤਿਹਾਸ ਸਿਰਜ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਉਸਦੇ ਬਾਰੇ ਹੀ ਤੁਹਾਡੇ ਨਾਲ ਗੱਲਾਂ ਕਰਨੀਆਂ ਹੈ। ਉਹਨੇ ਇੱਕ ਮਹਾਨ ਫਿਲਮ ਸਾਜ਼ ਵਜੋਂ ਆਪਣੇ ਨਾਂ ਦੀ ਧਾਕ ਜਮਾਈ, ਉਸ ਦੀਆਂ ਯਾਦਗਾਰੀ ਸਮਾਜਿਕ, ਪਰਿਵਾਰਕ ਅਤੇ ਸਾਫ ਸੁਥਰੀਆਂ ਫਿਲਮਾਂ ਨੇ 5 ਦਹਾਕਿਆਂ ਤੱਕ ਲੋਕਾਂ ਦੇ ਮਨਾਂ 'ਤੇ ਰਾਜ ਕੀਤਾ। ਨਯਾ ਦੌਰ, ਵਕਤ, ਹਮਰਾਜ ਅਤੇ ਬਾਗਬਾਨ ਵਰਗੀਆਂ ਅਨੇਕਾਂ ਫਿਲਮਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਅੱਜ ਵੀ ਦਰਸ਼ਕ ਉਨੇ ਹੀ ਉਮਾਹ ਅਤੇ ਉਤਸ਼ਾਹ ਨਾਲ ਵੇਖਦੇ ਨੇ ਜਿੰਨੇ ਉਤਸ਼ਾਹ ਅਤੇ ਚਾਅ ਨਾਲ ਉਹਨਾਂ ਨੇ ਇਹਨਾਂ ਫਿਲਮਾਂ ਨੂੰ ਬਣਨ ਸਮੇਂ ਵੇਖਿਆ ਸੀ। ਅੱਜ ਵੀ ਇਹ ਫਿਲਮਾਂ ਸਿਨੇਮਾ ਦੇ ਪ੍ਰੇਮੀਆਂ ਦੇ ਮਨਾਂ 'ਤੇ ਅਮਿੱਟ ਛਾਪ ਛੱਡਦੀਆਂ ਨੇ। ਦੋਸਤੋ, ਪੰਜਾਬ ਦਾ ਇਹ ਪੁੱਤ 22 ਅਪ੍ਰੈਲ 1914 ਦੇ ਦਿਨ ਪੰਜਾਬ ਦੇ ਸਭ ਤੋਂ ਵੱਡੇ ਅਤੇ ਚਰਚਿਤ ਸ਼ਹਿਰ ਲੁਧਿਆਣੇ ਵਿੱਚ ਪੈਦਾ ਹੋਇਆ ਅਤੇ 5 ਨਵੰਬਰ 2008 ਨੂੰ ਮੁੰਬਈ ਵਿੱਚ 7ਵੀਂ ਵਿਛੋੜਾ ਦੇ ਗਿਆ, ਪਰ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਡੂੰਘੀ ਥਾਂ ਬਣਾ ਗਿਆ। ਉਹਦੀਆਂ ਫਿਲਮਾਂ ਦੇ ਦਰਸ਼ਕ ਜਾਣਦੇ ਨੇ ਕਿ ਉਹ ਹਮੇਸ਼ਾ ਅਰਥਵਾਨ ਫਿਲਮਾਂ ਬਣਾਉਂਦਾ ਸੀ ਜਿਨ੍ਹਾਂ ਵਿੱਚ ਮਨੋਰੰਜਨ ਦੇ ਨਾਲ ਨਾਲ ਕੋਈ ਨਾ ਕੋਈ ਪਰਿਵਾਰਿਕ ਜਾਂ ਸਮਾਜਿਕ ਸੁਨੇਹਾ ਵੀ ਹੁੰਦਾ ਸੀ। ਉਹਨੇ ਵਿਧਵਾ ਵਿਆਹ ਅਤੇ ਵੈਸ਼ਿਆਵਿਰਤੀ ਜਿਹੇ ਅਣਛੋਹੇ ਵਿਸ਼ਿਆਂ 'ਤੇ ਵੀ ਫਿਲਮਾਂ ਬਣਾਈਆਂ। ਫਿਲਮ ਜਗਤ ਵਿੱਚ ਦਿੱਤੇ ਗਏ ਉਹਦੇ ਯੋਗਦਾਨ ਨੂੰ ਮੁੱਖ ਰੱਖ ਕੇ ਉਹਨੂੰ ਫਿਲਮ ਜਗਤ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਸਤੋ, ਭਾਵੇਂ ਕਿ ਉਹਦਾ ਅਸਲੀ ਸਨਮਾਨ ਤਾਂ ਉਹਦੀਆਂ ਫਿਲਮਾਂ ਦਾ ਦਹਾਕਿਆਂ ਤੋਂ ਲੋਕਾਂ ਦੇ ਮਨ ਮਸਤਕ ਵਿੱਚ ਵਸਿਆ ਹੋਣ ਵਿੱਚ ਹੀ ਪਿਆ ਹੈ ਅਤੇ ਜੇ ਥੋੜ੍ਹੀ ਜਿਹੀ ਉਹਦੇ ਮੁੱਢਲੇ ਜੀਵਨ 'ਤੇ ਝਾਤ ਜਿਹੀ ਮਾਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਸ਼ਹਿਰ ਲੁਧਿਆਣੇ ਦੇ ਜੰਮੇ ਜਾਏ ਇਸ ਸਪੂਤ ਨੇ ਲਾਹੌਰ ਦੇ ਮਸ਼ਹੂਰ ਗੌਰਮੈਂਟ ਕਾਲਜ 'ਤੇ ਅੰਗਰੇਜ਼ੀ ਸਾਹਿਤ ਵਿੱਚ ਡਿਗਰੀ ਹਾਸਲ ਕੀਤੀ ਅਤੇ ਗੌਰਮੈਂਟ ਕਾਲਜ ਲਾਹੌਰ ਹੀ ਹੈ ਜਿਸ ਨੇ ਫਿਲਮ ਅਤੇ ਸਾਹਿਤ ਜਗਤ ਨੂੰ ਬਲਰਾਜ ਸਾਹਨੀ, ਦੇਵ ਆਨੰਦ, ਚੇਤਨ ਆਨੰਦ, ਖੁਸ਼ਵੰਤ ਸਿੰਘ ਅਤੇ ਰਜਿੰਦਰ ਸਿੰਘ ਬੇਦੀ ਜਿਹੀਆਂ ਨਾਮਵਰ ਹਸਤੀਆਂ ਦਿੱਤੀਆਂ ਨੇ ਅਤੇ ਇਹਨਾਂ ਵਿੱਚੋਂ ਹੀ ਇੱਕ ਹਸਤੀ ਹੈ ਜੀ ਬੀ ਆਰ ਚੋਪੜਾ। ਅਤੇ ਅੱਜ ਅਸੀਂ ਬੀ ਆਰ ਚੋਪੜਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਗੱਲਾਂ ਕਰ ਰਹੇ ਹਾਂ। ਬੀ ਆਰ ਚੋਪੜਾ ਬਚਪਨ ਦੇ ਦਿਨਾਂ ਤੋਂ ਹੀ ਫਿਲਮਾਂ ਵਿੱਚ ਕੰਮ ਕਰਨ ਦੀ ਚਾਹਤ ਰੱਖਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਇਸ ਖੇਤਰ ਵਿੱਚ ਉੱਚੀਆਂ ਅਤੇ ਲੰਬੀਆਂ ਉਡਾਰੀਆਂ ਭਰੇ ਅਤੇ ਬੁਲੰਦੀਆਂ ਨੂੰ ਛੋਹੇ। ਦੇਸ਼ ਦੀ ਵੰਡ ਹੋਈ ਤਾਂ ਉਹਦਾ ਪਰਿਵਾਰ ਦਿੱਲੀ ਆ ਗਿਆ, ਪਰ ਉੱਥੇ ਉਹਦਾ ਮਨ ਨਾ ਲੱਗਾ। ਉਹਦੀ ਨਜ਼ਰ ਤਾਂ ਮੁੰਬਈ ਦੀ ਰੋਮਾਂਟਿਕ ਫਿਲਮੀ ਦੁਨੀਆ 'ਤੇ ਟਿਕੀ ਹੋਈ ਸੀ। ਆਖਿਰਕਾਰ ਉਹ ਦਿੱਲੀ ਨੂੰ ਛੱਡ ਕੇ ਮੁੰਬਈ ਪਹੁੰਚ ਗਿਆ ਅਤੇ ਮੁੰਬਈ ਪਹੁੰਚ ਕੇ ਉਹਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਇੱਕ ਫਿਲਮ ਪੱਤਰਕਾਰ ਦੇ ਰੂਪ ਵਿੱਚ ਕੀਤੀ। ਪ੍ਰਸਿੱਧ ਫਿਲਮੀ ਪੱਤਰਿਕਾ ਸਿਨੇ ਹਾਰਲਡ ਵਿੱਚ ਉਹਨੇ ਫਿਲਮਾਂ ਦੀ ਸਮੀਖਿਆ ਲਿਖਣੀ ਸ਼ੁਰੂ ਕੀਤੀ ਅਤੇ ਕੁਝ ਸਮੇਂ ਬਾਅਦ ਉਹਨੇ ਇਸ ਪੱਤਰਿਕਾ ਦੀ ਸਾਰੀ ਜ਼ਿੰਮੇਵਾਰੀ ਹੀ ਸੰਭਾਲ ਲਈ। ਨਵੰਬਰ 1947 ਤੱਕ ਉਹਨੇ ਇਸ ਪੱਤਰ ਨੂੰ ਚਲਾਇਆ ਅਤੇ ਫਿਰ ਇਸੇ ਹੀ ਸਾਲ ਆਈ ਐੱਸ ਜੌਹਰ ਨਾਲ ਮਿਲ ਕੇ ਫਿਲਮ ਚਾਂਦਨੀ ਦਾ ਨਿਰਮਾਣ ਸ਼ੁਰੂ ਕੀਤਾ। ਲੇਕਿਨ ਲਾਹੌਰ ਦੇ ਦੰਗੇ ਭੜਕਣ ਨਾਲ ਇਸ ਫਿਲਮ ਨੂੰ ਬਣਾਉਣਾ ਵਿਚਕਾਰ ਹੀ ਰੋਕਣਾ ਪਿਆ। ਅਸਲ ਵਿੱਚ ਕਿਹਾ ਜਾਵੇ ਤਾਂ ਸਾਲ 1949 ਵਿੱਚ ਉਹਨੇ ਫਿਲਮ ਨਿਰਮਾਣ ਵਿੱਚ ਅਸਲੀ ਕਦਮ ਧਰੇ, ਪਰ ਉਹਦੀ ਫਿਲਮ ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਨਾਕਾਮਯਾਬ ਰਹੀ। ਫਿਰ 1951 ਵਿੱਚ ਉਹਨੇ ਚਰਚਿਤ ਅਦਾਕਾਰ ਅਸ਼ੋਕ ਕੁਮਾਰ ਦੀ ਫਿਲਮ ਅਫਸਾਨਾ ਨੂੰ ਡਾਇਰੈਕਟ ਕੀਤਾ। ਇਸ ਫਿਲਮ ਨਾਲ ਉਹਦੀ ਸਫਲਤਾ ਦੀ ਸ਼ੁਰੂਆਤ ਹੋਈ ਅਤੇ ਇਸ ਫਿਲਮ ਨੇ ਪੂਰੇ 25 ਹਫ਼ਤੇ ਚੱਲ ਕੇ ਸਿਲਵਰ ਜੁਬਲੀ ਮਨਾਈ। ਇਸ ਫਿਲਮ ਨਾਲ ਉਹਦੀ ਫਿਲਮ ਜਗਤ ਵਿੱਚ ਚੰਗਾ ਨਾਂ ਥਾਂ ਅਤੇ ਪਛਾਣ ਬਣ ਗਈ। 1955 ਵਿੱਚ ਉਹਨੇ ਬੀ ਆਰ ਫਿਲਮਸ ਬੈਨਰ ਦੀ ਸ਼ੁਰੂਆਤ ਕੀਤੀ। ਇਸ ਬੈਨਰ ਥੱਲੇ ਉਹਨੇ ਸਭ ਤੋਂ ਪਹਿਲਾਂ ਫਿਲਮ ਨਯਾ ਦੌਰ ਬਣਾਈ। ਹਿੰਦੀ ਫਿਲਮਾਂ ਦੇ ਇਤਿਹਾਸ ਵਿੱਚ ਇਹ ਫਿਲਮ ਸਦਾ ਯਾਦ ਕੀਤੀ ਜਾਂਦੀ ਰਹੇਗੀ। ਇਸ ਫਿਲਮ ਵਿੱਚ ਚੋਪੜਾ ਨੇ ਨਵੇਂ ਜ਼ਮਾਨੇ ਅਤੇ ਪਿੰਡ ਦੇ ਸੱਭਿਆਚਾਰ ਦਾ ਟਕਰਾਓ ਪੇਸ਼ ਕੀਤਾ। ਇਹ ਟਕਰਾਓ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਇਸ ਫਿਲਮ ਨੇ ਨਵੇਂ ਰਿਕਾਰਡ ਸਥਾਪਿਤ ਕੀਤੇ ਅਤੇ ਬੀ ਆਰ ਚੋਪੜਾ ਨੂੰ ਇੱਕ ਫਿਲਮ ਸਾਜ਼ ਵਜੋਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਸ ਫਿਲਮ ਦੀ ਕਹਾਣੀ ਨਹੀਂ ਸਗੋਂ ਇਸ ਵਿੱਚ ਕਲਾਕਾਰਾਂ ਦੀ ਅਦਾਇਗੀ ਵੀ ਕਮਾਲ ਦੀ ਸੀ ਜੀ। ਦਲੀਪ ਕੁਮਾਰ ਅਤੇ ਵੈਜੰਤੀ ਮਾਲਾ ਨੇ ਅਭਿਨੇ ਨੇ ਨਵੀਆਂ ਸਿਖਰਾਂ ਛੋਈਆਂ। ਇਹਦੇ ਗੀਤਾਂ ਵਿਚਲਾ ਪੰਜਾਬੀ ਲੋਕ ਰੰਗ ਲੋਕਾਂ ਦੇ ਮਨਾਂ ਨੂੰ ਮੋਹ ਗਿਆ।
इस ब्रेक तो बाद तुहाडा स्वागत है जी। और ब्रेक तो पहला असी बी आर चोपड़ा नू बुलंदियां तक लेके जाने वाली फिल्म नया दौर की बनाए जाने की एक दिलचस्प कहानी वाल इशारा किया सी। लो दोस्तों, इस फिल्म की कहानी नू अख्तर मिर्जा ने लिखा सी, क्योंकि ये कहानी उस वेले दियां फिल्मां दियां कहानियां तो असलों हटके ते वक्खरी सी। सो इस नू डायरैक्ट करना खतरे तो खाली नहीं सी, क्योंकि नवा विशा होण करके ते इस दे सफल होण दी आस बहुत घट सी। इसलिए इस फिल्म नू उस वेले दे वड्डे नामवर डायरैक्टर महबूब खान, एस मुखर्जी, एम एम वासन ने सिरे तो नकार दिता। उन्हां दा कहना सी कि इस विषय ते एक वधिया डॉक्यूमेंटरी फिल्म तो बन सकती है, पर फीचर फिल्म कदे नहीं बन सकती। लो जी, इस तो बाद ही बी आर चोपड़ा ने इस फिल्म ते काम करना शुरू किया। पर जदों उन्हें इस फिल्म बारे दलीप कुमार नाल गल कीती तां उन्हें तां जी इस फिल्म नूं सुन तो ही इनकार कर दिता। दलीप कुमार तो बाद बी आर चोपड़ा की अगली पसंद अशोक कुमार एक्टर सी, ते ओह अशोक कुमार कोल फिल्म की कहानी लैके गया। तो अशोक कुमार ने कहा कि उहदा अदाकारी का बिंब शहरी किस्म के अदाकार वाला है, इसलिए उहदा किसी पेंडू करैक्टर विच सफल होना ते जमना जरा मुश्किल है। पर उन्हें कहा कि यह किरदार दलीप कुमार बहुत वधिया तरीके नाल कर सकता है, तो इस रोल में जचेगा भी खूब। लो जी, बी आर चोपड़ा का तुहानू पता है कि दलीप कुमार तो पहले ही ना करवा चुका सी। जदों उन्हें गल अशोक कुमार नाल सांझी कीती तां उन्हें कहा कि कोई नहीं, अशोक कुमार कहिंदा कि मैं दलीप कुमार दे नाल आप खुद गल करांगा, उन्हूं राजी करांगा तेरी फिल्म वास्ते। तो जो अशोक कुमार ने एक बार मुड़ तो दलीप कुमार नाल बी आर चोपड़ा वास्ते गल की, लो जी दलीप कुमार राजी हो गया। तो हुण असली समस्या तो फिल्म निर्माण की सी। आधुनिक दौर की इस दौड़ विच एक आम पेंडू कहानी नू फिल्मी पर्दे ते लैके आना आसान नहीं सी। कुछ हफ्तिया तक कारदार स्टूडियो विच शूटिंग हुई, उस तो बाद आउटडोर शूट ली 100 बंदियां दी टीम ने कूच करना सी। ये शूटिंग भोपाल के आस पास के इलाके विच होनी सी। पर दर्शकों, असीं गल कर रहे सी कि फिल्म नया दौर की शूटिंग लई आउटडोर वास्ते 100 बंदियां दी टीम ने कूच करना सी, ते शूटिंग भोपाल के आस पास के इलाके विच होनी सी। इस फिल्म की नायिका का रोल मधुबाला ने करना सी। इन्हां दिनां विच दलीप कुमार ते मधुबाला की मुहब्बत के चर्चे जोरां ते सी। पर होया यह कि मधुबाला के पिता ने मधुबाला नूं आउटडोर शूटिंग लई भेजण तों इनकार कर दिता। हुण बड़ी मुश्किल बनी। बी आर चोपड़ा ने कोर्ट विच मुकदमा कर दिता। उन्हें कोर्ट विच यह दलील दित्ती कि फिल्म की कहानी मुताबक आउटडोर शूटिंग बड़ी जरूरी है। तो लो जी, दलीप कुमार ने भी बी आर चोपड़ा के पक्ष विच गवाही दित्ती। मुकदमा तो उन्होंने जित लिया, पर मधुबाला नूं कानूनी दा पेचा तो बचण लई केस वापस लेना पिया। इंज फिल्म विच मधुबाला की थां ते वैजयंती माला का आगमन होया। उन्हां दिनां विच महबूब खान की फिल्म मदर इंडिया के चर्चे जोरां ते सी, ते इस फिल्म के विखाए जाण लई लिबर्टी सिनेमा 10 हफ्तियां दे लई बुक सी। पर अजे फिल्म मदर इंडिया तैयार नहीं सी हुई, इसलिए महबूब खान ने बी आर चोपड़ा नूं अपने बुक किए हुए 10 हफ्ते दे दिते, ते नाल ही हदायत कर दिती कि तेरी फिल्म के चलण की कोई संभावना नहीं, इसलिए भावें 5 हफ्ते ही लै लो, इन्ने काफ़ी ने, फिल्म तो पता नहीं तुहाडी किहड़े वेले उतर जानी है। टांगे वालियां दी कहानी लई पता नहीं तुहानू कोई दर्शक मिले भी है ना। पर महबूब खान नूं की पता सी कि इस फिल्म ने की कारनामे कर जाने ने। जदों फिल्म ने 25 हफ्ते चल के सिल्वर जुबली मनाई तो महबूब खान नूं बी आर चोपड़ा की प्रतिभा का सिक्का मनना पिया। तो जदों उहदी अपनी फिल्म का प्रीमियर शो होया तो उन्हें माण वजो बी आर चोपड़ा नूं मुख मेहमान वजो शामिल होने की बेनती की। इंज दोस्तों माहौल का पात्र बनता बनता बी आर चोपड़ा निर्देशन के खेत्र में वड्डी हस्ती बन के स्थापित होया। इस फिल्म विचले गीतां विच पंजाबी बीट दे पंजाबी बोल शामिल करके उन्हें एक तरह पंजाबी मिट्टी नूं सलाम आखी सी। ये देश है वीर जवानों का, अलबेलों का मस्तानों का, इस देश का यारों क्या कहना, ये देश है दुनिया का गहना। तो इनू सुनिए तो अज भी सुन के स्रोतियां दे दर्शकां दे पैर थिरकण लग पैंदे ने। पर दर्शकों, ब्रेक तो पहला असीं बी आर चोपड़ा की फिल्म नया दौर की अपार सफलता के हवाले नाल गल कर रहे सी।
B.R. ਚੋਪੜਾ ਉਹਨਾਂ ਫਿਲਮ ਸਾਜ਼ਾਂ ਵਿੱਚੋਂ ਸੀ ਜਿਨ੍ਹਾਂ ਨੂੰ ਆਪਣੀ ਚੋਣ ਅਤੇ ਆਪਣੇ ਫੈਸਲਿਆਂ 'ਤੇ ਪੂਰਾ ਯਕੀਨ ਹੁੰਦਾ ਹੈ। ਆਪਣੀ ਇਸ ਸਫਲਤਾ ਤੋਂ ਬਾਅਦ ਉਹਦੇ ਕਦਮ ਅੱਗੇ ਹੀ ਅੱਗੇ ਵੱਧਦੇ ਗਏ ਅਤੇ ਉਹਨੇ ਕਦੀ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਇੱਕ ਤੋਂ ਇੱਕ ਚੜ੍ਹਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਹਦੀਆਂ ਬਹੁਤ ਚਰਚਿਤ ਫਿਲਮਾਂ ਵਿੱਚ ਸਾਧਨਾ, ਗੁਮਰਾਹ, ਹਮਰਾਜ ਵਰਗੀਆਂ ਸੁਪਰ ਹਿੱਟ ਫਿਲਮਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬੈਨਰ ਹੇਠ ਬਣਾਈਆਂ ਫਿਲਮਾਂ ਸਮਾਜ ਨੂੰ ਸਾਰਥਿਕ ਸੁਨੇਹਾ ਦੇਣ ਵਾਲੀਆਂ ਹੁੰਦੀਆਂ। ਦੋਸਤੋ, 60 ਦੇ ਦਹਾਕੇ ਵਿੱਚ ਬਣਨ ਵਾਲੀਆਂ ਫਿਲਮਾਂ ਸੰਗੀਤ ਪ੍ਰਧਾਨ ਹੁੰਦੀਆਂ ਸੀ, ਪਰ B.R. ਚੋਪੜਾ ਆਪਣੇ ਦਰਸ਼ਕਾਂ ਨੂੰ ਹਰ ਵਾਰ ਕੁਝ ਨਵਾਂ ਅਤੇ ਚੰਗਾ ਦੇਣ ਦੀ ਰੀਝ ਰੱਖਦਾ ਸੀ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨੇ 1960 ਵਿੱਚ ਕਾਨੂੰਨ ਵਰਗੀ ਫਿਲਮ ਬਣਾਉਣ ਦਾ ਨਵਾਂ ਤਜੁਰਬਾ ਕੀਤਾ। ਇਹ ਤਜੁਰਬਾ ਅਸਲੋਂ ਹੀ ਨਵਾਂ ਸੀ। ਗੀਤ ਸੰਗੀਤ ਵਾਲੀਆਂ ਫਿਲਮਾਂ ਦੇ ਦੌਰ ਵਿੱਚ ਬਿਨਾਂ ਕਿਸੇ ਗਾਣੇ ਦੇ ਫਿਲਮ ਬਣਾਉਣਾ ਸੱਚਮੁੱਚ ਹੀ ਨਵਾਂ ਪ੍ਰਯੋਗ ਸੀ। ਪਰ ਅਜਿਹੇ ਨਵੇਂ ਤਜੁਰਬੇ ਕਰਨ ਦਾ ਖਤਰਾ ਉਹੀ ਆਦਮੀ ਲੈ ਸਕਦਾ ਹੈ ਜਿਸ ਨੂੰ ਆਪਣੀ ਕਲਾ ਅਤੇ ਪ੍ਰਤਿਭਾ 'ਤੇ ਪੂਰਾ ਭਰੋਸਾ ਅਤੇ ਮਾਣ ਹੋਵੇ। ਦੋਸਤੋ, ਅਸੀਂ ਜਾਣਦੇ ਹਾਂ ਕਿ B.R. ਚੋਪੜਾ ਦਾ ਭਰਾ ਯਸ਼ ਚੋਪੜਾ ਵੀ ਇੱਕ ਵੱਡੀ ਫਿਲਮੀ ਹਸਤੀ ਹੋ ਗੁਜ਼ਰੀ ਹੈ। ਇਹ ਵੀ B.R. ਚੋਪੜਾ ਹੀ ਸੀ ਜਿਸਨੇ ਆਪਣੇ ਭਰਾ ਨੂੰ ਸ਼ਹਿਰਤ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਪੂਰੀ ਦੀ ਪੂਰੀ ਮਦਦ ਕੀਤੀ। 1959 ਵਿੱਚ ਬਣੀ ਫਿਲਮ ਧੂਲ ਕਾ ਫੁੱਲ ਅਤੇ ਵਕਤ ਅਤੇ ਇਤਫਾਕ ਵਰਗੀਆਂ ਫਿਲਮਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੀ ਯਸ਼ ਚੋਪੜਾ ਫਿਲਮ ਇੰਡਸਟਰੀ ਵਿੱਚ ਡਾਇਰੈਕਟਰ ਦੇ ਤੌਰ 'ਤੇ ਸਥਾਪਿਤ ਹੋਇਆ ਸੀ। ਇੰਜੀ ਸੁਪਰ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਨੂੰ ਸਿਖਰ 'ਤੇ ਪਹੁੰਚਾਉਣ ਦਾ ਸਿਹਰਾ ਵੀ B.R. ਚੋਪੜਾ ਦੇ ਸਿਰ ਹੀ ਵੱਜਦਾ ਹੈ। ਇਹ ਉਹ ਦਿਨ ਸਨ ਜਦੋਂ ਆਸ਼ਾ ਭੋਸਲੇ ਨੂੰ ਹਿੰਦੀ ਦੀਆਂ ਅਤੇ B.C. ਗ੍ਰੇਡ ਦੀਆਂ ਫਿਲਮਾਂ ਵਿੱਚ ਗਾਉਣ ਦਾ ਮੌਕਾ ਹੀ ਨਸੀਬ ਹੁੰਦਾ ਸੀ ਅਤੇ ਉਸ ਸਮੇਂ B.R. ਚੋਪੜਾ ਨੇ ਆਸ਼ਾ ਭੋਸਲੇ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਆਪਣੀ ਫਿਲਮ ਨਯਾ ਦੌਰ ਵਿੱਚ ਗਾਉਣ ਦਾ ਮੌਕਾ ਮਿਲਿਆ। ਇਹ ਫਿਲਮ ਆਸ਼ਾ ਭੋਸਲੇ ਦੇ ਕੈਰੀਅਰ ਨੂੰ ਉਚਾਣਾ ਵੱਲ ਜਾਣ ਲਈ ਇੱਕ ਸੁਪਰਹਿੱਟ ਫਿਲਮ ਸਾਬਿਤ ਹੋਈ। ਫਿਲਮ ਵਿੱਚ ਮੁਹੰਮਦ ਰਫੀ ਅਤੇ ਆਸ਼ਾ ਦੇ ਗਾਏ ਹੋਏ ਦੋ ਗਾਣੇ ਬਹੁਤ ਹੀ ਲੋਕਪ੍ਰਿਯ ਹੋਏ। ਇਹਨਾਂ ਵਿੱਚ ਮਾਂਗ ਕੇ ਸਾਥ ਤੁਮਾਰਾ ਤੋ ਉੜੇ ਜਬ ਜਬ ਜ਼ੁਲਫੇ ਤੇਰੀ ਕਵਾਰੀਓ ਕਾ ਦਿਲ ਮਚਲੇ, ਇਹ ਗੀਤ ਸ਼ਾਮਿਲ ਕੀਤੇ ਜਾ ਸਕਦੇ ਨੇ। ਫਿਲਮ ਨਯਾ ਦੌਰ ਤੋਂ ਬਾਅਦ ਹੀ ਆਸ਼ਾ ਭੋਸਲੇ ਨੂੰ ਆਪਣੀ ਮੰਜ਼ਿਲ ਪ੍ਰਾਪਤ ਹੋਈ। ਇਸ ਤੋਂ ਬਾਅਦ ਵੀ B.R. ਚੋਪੜਾ ਨੇ ਆਸ਼ਾ ਨੂੰ ਆਪਣੀਆਂ ਹੋਰ ਫਿਲਮਾਂ ਵਿੱਚ ਗਾਉਣ ਦਾ ਮੌਕਾ ਦਿੱਤਾ ਅਤੇ ਉਹ ਗਾਇਕੀ ਦੇ ਮੈਦਾਨ ਵਿੱਚ ਸਥਾਪਿਤ ਹੋ ਗਈ। ਇਹਨਾਂ ਫਿਲਮਾਂ ਵਿੱਚ ਵਕਤ, ਗੁਮਰਾਹ, ਹਮਰਾਜ, ਆਦਮੀ ਔਰ ਇਨਸਾਨ ਅਤੇ ਧੁੰਦ ਪ੍ਰਮੁੱਖ ਨੇ। ਇੰਜ ਹੀ ਚਰਚਿਤ ਗਾਇਕ ਮਹਿੰਦਰ ਕਪੂਰ ਨੂੰ ਵੀ ਫਿਲਮ ਇੰਡਸਟਰੀ ਵਿੱਚ ਸਥਾਪਿਤ ਕਰਨ ਵਿੱਚ B.R. ਚੋਪੜਾ ਨੇ ਬਹੁਤ ਮਦਦ ਕੀਤੀ। ਦੋਸਤੋ, 80 ਦੇ ਦਹਾਕੇ ਵਿੱਚ ਸਿਹਤ ਢਿੱਲੀ ਰਹਿਣ ਕਰਕੇ ਉਹਨੇ ਫਿਲਮਾਂ ਬਣਾਉਣੀਆਂ ਕੁਝ ਘੱਟ ਕਰ ਦਿੱਤੀਆਂ ਸੀ। ਇਸੇ ਦੌਰਾਨ 1980 ਵਿੱਚ ਉਹਨੇ ਇਨਸਾਫ ਕਾ ਤਰਾਜ਼ੂ ਅਤੇ ਨਿਕਾਹ ਨਾਂ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ। ਇਹ ਵੀ B.R. ਚੋਪੜਾ ਹੀ ਸੀ ਜਿਸਨੇ ਪਹਿਲੀ ਵਾਰ ਪ੍ਰਸਿੱਧ ਪਾਕਿਸਤਾਨੀ ਗਾਇਕ ਗੁਲਾਮ ਅਲੀ ਨੂੰ ਆਪਣੀ ਫਿਲਮ ਨਿਕਾਹ ਵਿੱਚ ਪੇਸ਼ ਕੀਤਾ ਸੀ। ਹਿੰਦੀ ਸਿਨੇਮਾ ਵਿੱਚ ਗੁਲਾਮ ਅਲੀ ਦੀ ਜਾਣ ਪਛਾਣ ਉਦੋਂ ਹੋਈ ਜਦੋਂ ਉਹਨੇ B.R. ਚੋਪੜਾ ਦੀ ਫਿਲਮ ਨਿਕਾਹ ਵਿੱਚ ਹਸਰਤ ਮੋਹਾਨੀ ਦਾ ਕਲਾਮ ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ ਇਹ ਗਾਈ ਸੀ। ਇਹ 1982 ਦਾ ਵਰ੍ਹਾ ਸੀ। ਇਸ ਫਿਲਮ ਦੀ ਨਾਇਕਾ ਸਲਮਾ ਆਗਾ ਉਦੋਂ ਲੰਡਨ ਰਹਿੰਦੀ ਸੀ। B.R. ਚੋਪੜਾ ਨੇ ਉੱਥੇ ਇਸ ਗਜ਼ਲ ਨੂੰ ਸੁਣਿਆ ਅਤੇ ਫੈਸਲਾ ਕੀਤਾ ਕਿ ਇਹ ਗਜ਼ਲ ਉਹ ਫਿਲਮ ਵਿੱਚ ਲੈਣੀ ਚਾਹੁੰਦਾ ਹੈ। ਇਸ ਗਜ਼ਲ ਨਾਲ ਗੁਲਾਮ ਅਲੀ ਦੀ ਆਵਾਜ਼ ਦੀ ਕਦਰਦਾਨੀ ਪੂਰੇ ਭਾਰਤ ਵਿੱਚ ਫੈਲ ਗਈ। ਲੋਕ ਉਹਦੀਆਂ ਗਜ਼ਲਾਂ ਲੱਭ ਲੱਭ ਕੇ ਸੁਣਨ ਲੱਗੇ। ਇਸ ਦਹਾਕੇ ਵਿੱਚ TV ਲੋਕਾਂ ਦੇ ਘਰਾਂ ਵਿੱਚ ਆਣ ਕੇ ਬੈਠ ਗਿਆ ਸੀ। TV ਦੀ ਵਾਧੀ ਲੋਕਪ੍ਰਿਯਤਾ ਨੂੰ ਮੁੱਖ ਰੱਖ ਕੇ B.R. ਚੋਪੜਾ ਨੇ ਛੋਟੇ ਪਰਦੇ ਵੱਲ ਰੁਖ ਕੀਤਾ। ਦੂਰਦਰਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਰਹਿਣ ਵਾਲੇ ਸੀਰੀਜ਼ ਮਹਾਭਾਰਤ ਦਾ ਨਿਰਮਾਣ ਕਰਕੇ B.R. ਚੋਪੜਾ ਨੇ ਇੱਕ ਵੱਡਾ ਇਤਿਹਾਸਿਕ ਕਾਰਨਾਮਾ ਕਰ ਦਿੱਤਾ। ਇਸ ਸੀਰੀਅਲ ਦੇ ਡਾਇਲਾਗ ਪ੍ਰਸਿੱਧ ਲੇਖਕ ਰਾਹੀਂ ਮਾਸੂਮ ਰਜ਼ਾ ਨੇ ਲਿਖੇ ਸੀ। ਸੋ ਦੋਸਤੋ, ਭਾਰਤ ਦੇ ਬਹੁਤ ਹੀ ਪ੍ਰਸਿੱਧ ਅਤੇ ਲੋਕ ਮਨਾਂ ਵਿੱਚ ਵਸੇ ਮਹਾਕਾਵ ਮਹਾਭਾਰਤ ਨੂੰ TV ਦੇ ਪਰਦੇ 'ਤੇ ਜਿਸ ਹੁਨਰਮੰਦੀ ਨਾਲ B.R. ਚੋਪੜਾ ਨੇ ਫਿਲਮਾਇਆ, ਇਹ ਉਸਦਾ ਹੀ ਕਮਾਲ ਸੀ ਜੀ। ਦੋਸਤੋ, ਇਸ ਬ੍ਰੇਕ ਤੋਂ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਮਹਾਭਾਰਤ ਵਰਗੇ ਮਹਾਕਾਵ ਨੂੰ TV ਦੇ ਪਰਦੇ 'ਤੇ ਉਤਾਰ ਕੇ B.R. ਚੋਪੜਾ ਆਪਣੀ ਕਲਾ ਅਤੇ ਲੋਕਪ੍ਰਿਯਤਾ ਦੀਆਂ ਸਿਖਰਾਂ ਛੋ ਗਿਆ। ਸਾਰੇ ਜਾਣਦੇ ਹਾਂ ਕਿ ਜਦੋਂ TV ਉੱਤੇ ਮਹਾਭਾਰਤ ਆਉਣਾ ਹੁੰਦਾ ਸੀ ਤਾਂ ਚੱਲਦਾ ਹੋਇਆ ਜੀਵਨ ਠਹਿਰ ਜਾਂਦਾ ਸੀ।
ਗਲੀਆਂ ਸੁੰਨੀਆਂ ਹੋ ਜਾਂਦੀਆਂ ਸੀ, ਬਾਜ਼ਾਰਾਂ ਵਿੱਚ ਭੀੜ ਘੱਟ ਜਾਂਦੀ ਸੀ, ਲੋਕਾਂ ਦੀਆਂ ਭੀੜਾਂ ਟੀ ਵੀ ਸੈੱਟਾਂ ਅੱਗੇ ਬਹਿ ਜਾਂਦੀਆਂ ਅਤੇ ਸਾਹ ਰੋਕ ਕੇ ਕਹਾਣੀ ਦਾ ਆਨੰਦ ਲੈਂਦੀਆਂ। ਪ੍ਰੋਗਰਾਮ ਖਤਮ ਹੁੰਦਾ ਤਾਂ ਅਗਲੀ ਲੜੀ ਦੀ ਉਡੀਕ ਸ਼ੁਰੂ ਹੋ ਜਾਂਦੀ। ਇਹ ਭਾਰਤ ਦਾ ਸਭ ਤੋਂ ਵੱਧ ਪਿਆਰਿਆ ਅਤੇ ਵੇਖਿਆ ਜਾਣ ਵਾਲਾ ਸੀਰੀਅਲ ਸਾਬਿਤ ਹੋਇਆ। 96% ਭਾਰਤੀ ਦਰਸ਼ਕਾਂ ਤੱਕ ਪਹੁੰਚਣ ਤੋਂ ਬਾਅਦ ਇਸ ਸੀਰੀਅਲ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ। ਇਹ ਬੀ.ਆਰ. ਚੋਪੜਾ ਦੀ ਬਹੁਤ ਵੱਡੀ ਪ੍ਰਾਪਤੀ ਸੀ। ਜੇ ਉਹਨੂੰ ਮਿਲਣ ਵਾਲੇ ਮਾਨ ਸਨਮਾਨ ਦਾ ਜ਼ਿਕਰ ਕੀਤਾ ਜਾਵੇ, ਜਿਵੇਂ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇਹਨੂੰ ਹਿੰਦੀ ਸਿਨੇਮਾ ਦੇ ਸਰਵ ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 1960 ਵਿੱਚ ਬਣਾਈ ਤਜਰਬਾਤੀ ਫਿਲਮ ਕਾਨੂੰਨ ਵਾਸਤੇ ਸਰਵ ਸ੍ਰੇਸ਼ਠ ਨਿਰਦੇਸ਼ਕ ਵਜੋਂ ਫਿਲਮਫੇਅਰ ਪੁਰਸਕਾਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਦੋਸਤੋ, ਅਸਲ ਵਿੱਚ ਬੀ.ਆਰ. ਚੋਪੜਾ ਬਹੁਮੁਖੀ ਪ੍ਰਤਿਭਾ ਦਾ ਮਾਲਕ ਸੀ। ਜਿੱਥੇ ਉਹ ਕਮਾਲ ਦਾ ਨਿਰਦੇਸ਼ਕ ਸੀ, ਉੱਥੇ ਕਮਾਲ ਦਾ ਲੇਖਕ ਵੀ ਸੀ। ਫਿਲਮਾਂ ਦੇ ਨਿਰਮਾਣ ਤੋਂ ਇਲਾਵਾ ਬੀ.ਆਰ. ਚੋਪੜਾ ਨੇ ਹਿੱਟ ਫਿਲਮਾਂ ਬਾਗਬਾਨ ਅਤੇ ਬਾਬੁਲ ਦੀਆਂ ਕਹਾਣੀਆਂ ਵੀ ਲਿਖੀਆਂ ਸੀ। ਸੋ ਉਹਦੀ ਪ੍ਰਤਿਭਾ ਦੇ ਦੀਦਾਰ ਤਾਂ ਉਦੋਂ ਤੋਂ ਸ਼ੁਰੂ ਹੋ ਗਏ ਸੀ ਜਦੋਂ ਉਹਨੇ ਫਿਲਮ ਅਫਸਾਨਾ ਦਾ ਨਿਰਦੇਸ਼ਨ ਕੀਤਾ ਸੀ। ਔਰ ਇਸ ਫਿਲਮ ਵਿੱਚ ਦਾਦਾ ਮੁਨੀ ਅਸ਼ੋਕ ਕੁਮਾਰ ਦਾ ਮੁੱਖ ਰੋਲ ਸੀ। ਇਹ ਬੀ.ਆਰ. ਚੋਪੜਾ ਦੀ ਪਹਿਲੀ ਨਿਰਦੇਸ਼ਿਤ ਫਿਲਮ ਸੀ, ਜਦਕਿ ਅਸ਼ੋਕ ਕੁਮਾਰ ਦਾ ਉਸ ਵੇਲੇ ਵੀ ਚੰਗਾ ਨਾਂ ਥਾ ਸੀ। ਸੋ ਫਿਲਮ ਨੂੰ ਡਾਇਰੈਕਟ ਕਰਦਿਆਂ ਬੀ.ਆਰ. ਚੋਪੜਾ ਨੇ ਦਾਦਾ ਮੁਨੀ ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਆਪਣੀ ਐਕਟਿੰਗ ਵਿੱਚ ਕੁਝ ਨਵਾਂ ਜੋੜਨ। ਇਸ ਦਾ ਅਸ਼ੋਕ ਕੁਮਾਰ ਨੇ ਬਹੁਤ ਹੀ ਬੁਰਾ ਮਨਾਇਆ। ਹੋਇਆ ਇੰਜ ਕਿ ਇੱਕੋ ਸੀਨ ਦੋ ਤਰ੍ਹਾਂ ਨਾਲ ਫਿਲਮਾਇਆ ਗਿਆ, ਇੱਕ ਜਿਵੇਂ ਅਸ਼ੋਕ ਕੁਮਾਰ ਚਾਹੁੰਦਾ ਸੀ ਅਤੇ ਇੱਕ ਜਿਵੇਂ ਬੀ.ਆਰ. ਚੋਪੜਾ ਨੇ ਕਿਹਾ ਸੀ। ਅਤੇ ਜਦੋਂ ਫਿਲਮ ਬਣੀ ਤਾਂ ਅਸ਼ੋਕ ਕੁਮਾਰ ਨੂੰ ਮੰਨਣਾ ਪਿਆ ਕਿ ਉਹ ਹੀ ਸੀਨ ਠੀਕ ਸੀ ਜੋ ਬੀ.ਆਰ. ਚੋਪੜਾ ਨੇ ਸੁਝਾਇਆ ਸੀ। ਸੋ ਉਸ ਤੋਂ ਬਾਅਦ ਅਸ਼ੋਕ ਕੁਮਾਰ ਨੇ ਕਿਹਾ ਕਿ ਜਿਵੇਂ ਚੋਪੜਾ ਆਖੇਗਾ ਉਹ ਉਂਝ ਹੀ ਅਦਾਕਾਰੀ ਕਰੇਗਾ। ਸੋ ਦੋਸਤੋ, ਇਹ ਸੀ ਬੀ.ਆਰ. ਚੋਪੜਾ ਦੀ ਪ੍ਰਤਿਭਾ ਦਾ ਕਮਾਲ। ਬੀ.ਆਰ. ਚੋਪੜਾ ਨਵੇਂ ਚੈਲੰਜ ਕਬੂਲ ਕਰਨ ਵਿੱਚ ਯਕੀਨ ਰੱਖਦਾ ਸੀ। ਅਸੀਂ ਪਿੱਛੇ ਉਹਦੀ ਬਣਾਈ ਫਿਲਮ ਕਾਨੂੰਨ ਦਾ ਜ਼ਿਕਰ ਕੀਤਾ ਸੀ, ਜਿਸ ਵਿੱਚ ਕੋਈ ਵੀ ਗੀਤ ਨਹੀਂ ਸੀ। ਅਸਲ ਵਿੱਚ ਇਹ ਫਿਲਮ ਵੀ ਉਹਨੇ ਇੱਕ ਵੰਗਾਰ ਨੂੰ ਸਾਹਮਣੇ ਰੱਖ ਕੇ ਬਣਾਈ ਸੀ। ਇੱਕ ਵਾਰ ਗੱਲਬਾਤ ਕਰਦਿਆਂ ਇੱਕ ਪੱਛਮੀ ਮੁਲਕ ਦੇ ਫਿਲਮ ਸਾਜ਼ ਨੇ ਹਿੰਦੀ ਫਿਲਮਾਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਹਿੰਦੀ ਫਿਲਮਾਂ ਵਿੱਚ ਗੀਤਾਂ ਤੋਂ ਸਿਵਾ ਹੋਰ ਖਾਸ ਹੁੰਦਾ ਵੀ ਕੀ ਹੈ। ਲਓ ਜੀ, ਬੀ.ਆਰ. ਚੋਪੜਾ ਨੇ ਇਸ ਨੂੰ ਚੈਲੰਜ ਵਜੋਂ ਹੀ ਲੈ ਕੇ ਗਾਣੇ ਤੋਂ ਬਗੈਰ ਫਿਲਮ ਕਾਨੂੰਨ ਬਣਾ ਕੇ ਸਰਵ ਸ੍ਰੇਸ਼ਟ ਡਾਇਰੈਕਟਰ ਦਾ ਖਿਤਾਬ ਹਾਸਲ ਕੀਤਾ। ਇਹ ਵੀ ਬੀ.ਆਰ. ਚੋਪੜਾ ਹੀ ਸੀ ਜਿਸ ਦੇ ਇੱਕ ਤੋਂ ਵੱਧ ਸਟਾਰ ਲੈ ਕੇ ਫਿਲਮਾਂ ਬਣਾਈਆਂ। ਲੀ ਤੋਂ ਹਟਵੀਂ ਛੋਟੀ ਸੀ ਬਾਤ ਵਰਗੀ ਫਿਲਮ ਵੀ ਬਣਾਈ, ਔਰ ਮਹਾਭਾਰਤ ਤੋਂ ਇਲਾਵਾ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਬਾਰੇ ਵੀ ਇੱਕ ਚਰਚਿਤ ਸੀਰੀਅਲ ਬਣਾਇਆ। ਉਸਨੇ ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਕੀਤੀ। ਬਾਗਬਾਨ ਫਿਲਮ ਰਾਹੀਂ ਉਹਨੇ ਮਨੁੱਖੀ ਰਿਸ਼ਤਿਆਂ ਵਿੱਚ ਆ ਗਏ ਨਿਗਾਰ ਨੂੰ ਬੜੀ ਬੇਬਾਕੀ ਅਤੇ ਬੇਕਿਰਕੀ ਨਾਲ ਕੁਛ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਹਰ ਇੱਕ ਵੇਖਣ ਵਾਲੇ ਨੂੰ ਇਹ ਆਪਣੇ ਘਰ ਦੀ ਕਹਾਣੀ ਲੱਗਣ ਲੱਗ ਪਈ ਸੀ। ਅਤੇ ਇਸ ਫਿਲਮ ਨੇ ਵੀ ਸਫਲਤਾ ਦੇ ਰਿਕਾਰਡ ਤੋੜ ਦਿੱਤੇ। ਜਿੱਥੇ ਉਹਨੇ ਕਈ ਫਿਲਮੀ ਹਸਤੀਆਂ ਨੂੰ ਬ੍ਰੇਕ ਦਿੱਤੀ, ਉੱਥੇ ਇਹ ਗੱਲ ਵੀ ਕੁਝ ਅਜੀਬ ਲੱਗਦੀ ਹੈ ਕਿ ਉਹਨੇ ਆਪਣੀਆਂ ਫਿਲਮਾਂ ਵਿੱਚ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਤੋਂ ਬਹੁਤ ਘੱਟ ਗੀਤ ਗਵਾਏ। ਇਸ ਦੀ ਥਾਂ ਆਸ਼ਾ ਭੌਂਸਲੇ ਅਤੇ ਮਹਿੰਦਰ ਕਪੂਰ ਤੋਂ ਗੀਤ ਗਵਾ ਕੇ ਉਹਨਾਂ ਦੀ ਬੱਲੇ ਬੱਲੇ ਤਾਂ ਕਰਵਾ ਦਿੱਤੀ, ਪਰ ਲਤਾ ਅਤੇ ਰਫੀ ਹੋਣਾ ਨੂੰ ਅਣਗੌਲੇ ਕਰਨ ਦੀ ਗੱਲ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀ। ਦੋਸਤੋ, ਵੱਡੀਆਂ ਪ੍ਰਾਪਤੀਆਂ ਵਾਲਾ ਇਹ ਨਾਮਵਰ ਫਿਲਮ ਸਾਜ਼ 94 ਸਾਲ ਦੀ ਉਮਰ ਭੋਗ ਕੇ 5 ਨਵੰਬਰ 2008 ਵਾਲੇ ਦਿਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਸੋ ਉਮੀਦ ਹੈ ਕਿ ਤੁਹਾਨੂੰ ਬੀ.ਆਰ. ਚੋਪੜਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਕੀਤਾ ਗਿਆ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਕਦੀ ਕਦੀ ਫੋਨ ਜਾਂ ਮੈਸੇਜ ਕਰਕੇ ਸੁਝਾਅ ਅਤੇ ਆਸ਼ੀਰਵਾਦ ਦਿੰਦੇ ਰਿਹਾ ਕਰੋ। ਸੋ ਅੱਜ ਲਈ ਇੰਨਾ ਹੀ। ਸਵੀਕਾਰ ਕਰੋ, ਖੁਸ਼ ਰਹੋ, ਆਬਾਦ ਰਹੋ, ਮੈਨੂੰ ਦਿਓ ਆਗਿਆ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀ.ਵੀ. ਤੁਹਾਡਾ ਆਪਣਾ ਤੁਹਾਡੇ ਲਈ। ਯੂਕੇ ਸਮੇਤ ਪੂਰੇ ਯੂਰਪ ਚ ਵਸਦੇ ਪੰਜਾਬੀ ਬ੍ਰਿਟ ਏਸ਼ੀਆ ਟੀ.ਵੀ. ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀ.ਵੀ. ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਚੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮੈਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼।
ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ 'ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀਵਿਊ ਚੈਨਲ ਨੰਬਰ 264 'ਤੇ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।